ਦੇਖੋ ਮੇਰੀ ਤਜਵੀਜ਼ ਤੇ ਆ ਇਹ ਮੈਂਬਰਸ਼ਿਪ ਇੰਨੀ ਆ ਡਕੈਤੀਆਂ ਦੇ ਬਾਅਦ ਲੋਕ ਤੁਹਾਨੂੰ ਮਾਫ ਨਹੀਂ ਕਰਨਗੇ ਜੇ ਇੰਨੀਆਂ ਚੋਰੀਆਂ ਸੁਣਨ ਤੋਂ ਬਾਅਦ ਵੀ ਸਾਡਾ ਤੁਹਾਡਾ ਹਿਰਦਾ ਨਹੀਂ ਪਿਘਲਦਾ ਜੇਕਰ ਇੰਨੀ ਡਕੈਤੀਆਂ ਦੇਖਣ ਤੋਂ ਬਾਅਦ ਵੀ ਅਸੀਂ ਗੁਰੂ ਨੂੰ ਆਪਣੇ ਮੁਣਕਰ ਹੋ ਜਾਂਦੇ ਹਾਂ ਜੇਕਰ ਇੰਨੀਆਂ ਡਕੈਤੀਆਂ ਲੁੱਟ ਗੁਰੂ ਦੀ ਲੁੱਟ ਪ੍ਰਿੰਟਿੰਗ ਪ੍ਰੈਸ ਦੇ ਪੈਸੇ 80 ਲੱਖ ਰੁਪਇਆ ਕੈਸ਼ ਗੁਰੂ ਦੇ ਨਾਮ ਦਾ 300 ਸਾਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੀ ਚੋਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰੂ ਦੇ ਨਾਮ ਦੀ ਚੋਰੀ ਸੰਤਾਂ ਦੀਆਂ ਵਰਤੀਆਂ ਦੇ ਨਾਮ ਦੀ ਚੋਰੀ ਡਾਲਰਾਂ ਦੇ ਨਾਮ ਦੀ ਚੋਰੀ ਔਰ ਜੇ ਉਸ ਤੋਂ ਬਾਅਦ ਵੀ ਅਸੀਂ ਅਜੇ ਕਿੰਤੂ ਪ੍ਰੰਤੂ ਕਰਦੇ ਹਾਂ ਨਾ ਇਹ ਜਿਹੜੇ ਗੋਮੇ ਪੋਸਟ ਆਫ ਲਗਾਉਂਦੇ ਹਾਂ ਤੇ ਗੁਰੂ ਨੂੰ ਮੁੜਕਰ ਨਹੀਂ ਉਹ ਮੁੜਕਰ ਹੋ ਕੇ ਬੱਚਿਆਂ ਨਹੀਂ ਜਾਊਗਾ ਕਿਸੇ ਤੋਂ ਵੀ ਇਹਦੀ ਮੈਂਬਰਸ਼ਿਪ ਮੈਂ ਤਜਵੀਜ਼ ਕਰਦਾ ਹੈ ਇਹਦੀ ਮੈਂਬਰਸ਼ਿਪ ਦਰਖਾਸਤ ਪ੍ਰਕਾਸ਼ ਕੀਤੀ ਜਾਵੇ ਔਰ ਨਾਲ ਇਹਦੇ ਸਾਰਾ ਪੈਸਾ ਇਹ ਤੋਂ ਵਸੂਲ ਕੀਤਾ ਜਾਵੇ ਭਾਵੇਂ ਕੋਰਟ ਕਰੇ ਜਾਣਾ ਪਵੇ ਭਾਵੇਂ ਵਸੂਲਾ ਕੋਈ ਗੁਰਦੁਆਰੇ ਦੇ ਬਾਹਰ ਦੇਖ ਕੇ ਲਗਾਉਣਾ ਪਵੇ ਔਰ ਇਸ ਤੋਂ ਪੈਸਾ ਵਸੂਲ ਕਰਨਾ ਚਾਹੀਦਾ ਇਹ ਮੇਰੀ ਤਜਵੀਜ਼ ਆ ਦਸੂਰ ਦੇ ਨਾਮ ਉੱਤੇ ਲਗਾਓ ਜਿਆਦਾ ਛੱਡੋ ਫਿਰ ਬੋਲੇ ਕੋਈ ਵੀ ਹੈ ਸਾਰੇ ਆਪਾਂ ਇੱਕ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਵੀ ਕਿਹਾ ਜਿਹੜਾ ਚੋਰ ਹੈ ਕੋਈ ਪਛੜੇ ਨਹੀਂ ਇੱਕ ਪੁਆਇੰਟ ਦੇ ਨੂੰ ਟੱਚ ਕੀਤਾ ਤੁਸੀਂ ਸੁਣਿਆ ਵੀ ਆ ਪੜ੍ਹਿਆ ਵੀ ਆ ਸਾਰਿਆਂ ਨੇ ਇੱਕ ਵੀ ਗੱਲ ਐਸੀ ਨਹੀਂ ਜਿਹਦੇ ਨਾਲ ਤੁਹਾਨੂੰ ਤਕਲੀਫ ਨਾ ਹੋਈ ਹੋਵੇ ਭਾਵੇਂ ਉੱਤੋਂ ਜੋ ਕੋਈ ਮਰਜ਼ੀ ਕਹੀ ਜਾਵੇ ਸਭ ਨੂੰ ਪਤਾ ਵੀ ਇੱਡਾ ਵੱਡਾ ਕਾਂਡ ਜੇ ਨਹੀਂ ਦੱਸਦੇ ਪਰ ਪਹਿਲੀ ਵਾਰੀ ਹੋਇਆ ਕਿ ਦੱਸਣ ਵਾਲੇ ਨੇ ਵੀ ਕਮਾਂਡ ਕਰਤੀ ਆ ਕਿ ਸਾਰਾ ਕੇਸ ਹੁਣ ਹਾਊਸ ਦੇ ਸਾਹਮਣੇ ਹੈ ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਨਹੀਂ ਪਤਾ ਜੀ ਸਾਨੂੰ ਦੱਸਿਆ ਕੁਛ ਨਹੀਂ ਜੀ ਇਹ ਆਪੇ ਕਰੀ ਜਾਂਦੇ ਆ ਘਰੋਂ ਵੀ ਇੰਨੇ ਪੈਸੇ ਕੱਢੋ ਜੇ ਤਾਂ ਜਿੱਦਾਂ ਗੁਰਦੁਆਰੇ ਦੀ ਪੋਲ ਵਿੱਚ ਕੱਢਦੇ ਰਹੇ ਮਤਲਬ ਇੰਨਾ ਕੁਛ ਦੇਖਣ ਦੇ ਬਾਵਜੂਦ ਆਪਾਂ ਇਹਨੂੰ ਬਖਸ਼ਿਆ ਜਾਵੇ ਏਡੇ ਗੁਨਾਹ ਕਰ ਨੂੰ ਤਾਂ ਮੈਂ ਕਹਿੰਦਾ ਫਿਰ ਮੈਂਬਰਾਂ ਨੂੰ ਤੇ ਡੁੱਬਣਾ ਚਾਹੀਦਾ ਜੇ ਤੁਸੀਂ ਦਿਖਾ ਕੇ ਇਹਨੂੰ ਸਾਹਮਣੇ ਪਾਸੇ ਕਰ ਦਈਏ ਆਪਾਂ ਵੀ ਇਹ ਬੰਦਾ ਜਿਹਨੇ ਸਾਰਾ ਕੁਛ ਕੀਤਾ ਇਹਦੇ ਸਾਰੇ ਮੈਂਬਰਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਪ੍ਰਧਾਨ ਨੇ ਸਾਰੀ ਡਿਟੇਲ ਦੱਸੀ ਆ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਹਾਂ ਗੁਰਮੀਤ ਸਿੰਘ ਸ਼ੈਂਟੀ ਦਾ ਬਿਲਕੁਲ ਠੀਕ ਹੈ ਗੁਰੂ ਦੇ ਹਜ਼ੂਰ ਜੁਰਤ ਕੀਤੀ ਤੇ ਇਹ ਜਿਹੜੇ ਕੇਸ ਹੈ ਬਿਲਕੁਲ ਜੀ ਜਗਾਰਾ ਛੱਡ ਕੇ ਧੰਨਵਾਦ ਕਰਨਾ ਚਾਹੀਦਾ ਵਾਕਈ ਸਹੀ ਗੱਲ ਜੁਰਤ ਦਿਖਾਈ ਆ ਸਰਦਾਰ ਮਨਜੀਤ ਸਿੰਘ ਜੀ ਕੇ ਮੇਰੇ ਘਰ ਪੰਜਾਬੀ ਬਾਗ 7/77 ਮੇਰੇ ਰੈਜ਼ੀਡੈਂਸ ਤੇ ਮੇਰੇ ਪਿਤਾ ਜੀ ਦੇ ਬੈਡਰੂਮ ਅੰਦਰ ਸਰਦੀਆਂ ਅੰਦਰ ਲੰਬੇ ਰੰਗ ਦਾ ਕਾਲੇ ਰੰਗ ਦਾ ਕੋਟ ਪਾ ਕੇ ਉੱਤੋਂ ਲਾਲ ਰੰਗ ਦੀ ਪੱਗ ਪਾ ਕੇ ਕਾਲੇ ਰੰਗ ਦੇ ਜੁੱਤਿਆਂ ਦੇ ਨਾਲ ਸ਼ੰਟੀ ਦੇ ਪੈਰੀਂ ਹੱਥ ਲਾਇਆ ਮੈਨੂੰ ਮਾਫ਼ ਕਰਦੇ ਕਰਮ ਜਾਂਦੇ ਸਾਕਸ਼ੀ ਇੱਕੋ ਗੱਲ ਕਹੀ ਸੀ ਸ਼ੰਟੀ ਸ਼ੰਟੀ ਨੇ ਚੁੱਕਿਆ ਸੀ ਸ਼ੰਟੀ ਤੋਂ ਆਪਣੇ ਮੂੰਹ ਦੱਸ ਦੇ ਜਦੋਂ ਇਹ ਸਾਰੀ ਗੱਲ ਹੋਈ ਤਾਂ ਉਸਨੇ ਕਿਹਾ ਜੀ ਮੈਨੂੰ ਮਾਫ਼ ਕਰ ਦੇ ਹੁਣ ਕੰਮ ਮੁਕਦਾ ਕਿਸ ਤਰ੍ਹਾਂ ਮੈਨੂੰ ਮਾਫ਼ ਕੀਤਾ ਕਰਦਾ ਜੋ ਕੁਝ ਹੋਇਆ ਤੇਰੇ ਸਾਹਮਣੇ ਹੁਣ ਜੋ ਸਾਰੀਆਂ ਗੱਲਾਂ ਹੋ ਗਈਆਂ ਮੈਂ ਕਿਹਾ ਦੋ ਗੱਲਾਂ ਨਾਲ ਸਾਰਾ ਕੰਮ ਹੁਣੇ ਅੱਜ ਹੀ ਮੁੱਕ ਜਾਏਗਾ ਮੈਂ ਕਿਹਾ ਜਿਹੜਾ ਅਸੀਂ ਕਰਪਸ਼ਨ ਦਾ ਇਲਜ਼ਾਮ ਲਗਾਏ ਉਹ ਪੈਸੇ ਗੁਰਦੁਆਰਾ ਕਮੇਟੀ ਜਮ੍ਹਾਂ ਕਰਾ ਦਿਓ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਹਾਜ਼ਰ ਹੋ ਕੇ ਮਾਫ਼ੀ ਮੰਗ ਲਓ ਮੈਂ ਅੱਜ ਤੋਂ ਬਾਅਦ ਹੁਣੇ ਹੀ ਇਸ ਗੇਟ ਤੋਂ ਬਾਹਰ ਜਾ ਕੇ ਕਿਸੇ ਸੋਸ਼ਲ ਮੀਡੀਆ ਤੇ ਨਹੀਂ ਜਾਵਾਂਗਾ ਕਿਸੇ ਕੋਰਟ ਨਹੀਂ ਜਾਵਾਂਗਾ ਕੋਰਟ 100 ਵਾਰੀ ਬੁਲਾਏਗੀ ਤਾਂ ਵੀ ਜਾਵਾਂਗਾ ਕਿਸੇ ਬੰਦੇ ਨਾਲ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਦੇ ਵੀ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਕਰਾਂਗਾ ਭਾਵੇਂ ਲੱਖ ਕੋਈ ਕਹੇ ਕਿ ਝੂਠਾ ਗੇਰ ਪਾਇਆ ਫਲਾਣਾ ਪਾਇਆ ਸੱਚਾ ਪਾਇਆ ਕੁਝ ਕੀਤਾ ਤੂੰ ਇਹ ਦੋਨੋਂ ਕੰਮ ਕਰਦੇ ਕਹਾਣੀ ਖਤਮ ਉਹਨੇ ਕਿਹਾ ਮੈਂ ਪੈਸੇ ਤਾਂ ਜਮ੍ਹਾਂ ਕਰਾ ਸਕਦਾ ਲੇਕਿਨ ਇਹ ਦੂਜੀ ਸ਼ਰਤ ਨਹੀਂ ਮਤਲਬ ਹੈਗੀ ਉਹਦੇ ਬਾਰੇ ਮੈਨੂੰ ਸੋਚਣ ਦਾ ਟਾਈਮ ਦਿਓ ਉਹ ਗੱਲ ਖਤਮ ਹੋ ਗਈ ਮੁੜ ਕੇ ਦੁਬਾਰਾ ਗੱਲ ਨਹੀਂ ਹੋਈ ਨਾ ਕਦੇ ਉਹ ਅਸੀਂ ਕਰਦੇ ਨਹੀਂ ਦੇਖੋ ਅਸੀਂ ਤੁਹਾਨੂੰ ਹਾਊਸ ਅੰਦਰ ਇਹ ਆਸ਼ਵਾਸਨ ਦੇ ਦਿੰਦੇ ਹਾਂ ਕੋਈ ਚੈੱਕ ਤੋਂ ਬਿਨਾ ਪੇਮੈਂਟ ਹੋ ਹੀ ਨਹੀਂ ਸਕਦੀ ਜੇ ਅਸੀਂ ਚੈੱਕ ਤੋਂ ਬਿਨਾ ਪੇਮੈਂਟ ਕਰਦੇ ਹੋ ਫਰਾਡ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇੱਕ ਸਲਾਹ ਹੈ ਕਿਉਂਕਿ ਅਸੀਂ ਪਿਛਲੇ ਇਜਲਾਸ ਦੇ ਵਿੱਚ ਗੱਲ ਕੀਤੀ ਸੀ ਕਿ ਅਗਲੇ ਇਜਲਾਸ ਤੱਕ ਇਹਨਾਂ ਦੀ ਮੈਂਬਰਸ਼ਿਪ ਖਾਰਿਜ ਕੀਤੀ ਜਾਏ ਚੋਰੀਆਂ ਲਿਆ ਅੱਜ ਲੈ ਕੇ ਆਇਆ ਅੱਜ ਤੇ ਅਸੀਂ ਵਿੱਚ ਇਜਲਾਸ ਦੇ ਵਿੱਚ ਮਤਾ ਪਾਸ ਕਰੀ ਕਿ ਸਾਡੇ ਵੱਲੋਂ ਮੈਂਬਰਸ਼ਿਪ ਗਈ ਖਤਮ ਖਾਰਿਜ ਹੈ ਔਰ 1 ਮਹੀਨੇ ਤੱਕ ਪੈਸੇ ਜਮ੍ਹਾਂ ਕਰਾਏਗਾ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ
ਲੀਗਲ ਪ੍ਰੋਸੀਡਿੰਗ ਕਰਾਂਗੇ ਇਹਨੂੰ ਖਾਰਜ ਕਰਨ ਵਾਲੀ ਜਿਹੜੀ ਕਿ ਮਗਰ ਅੱਜ ਦੇ ਵਿੱਚ ਮਤਾ ਪਾਸ ਕਰਕੇ ਅੱਜ ਉਹਦੀ ਮੈਂਬਰਸ਼ਿਪ ਕਮੇਟੀ ਵੱਲੋਂ ਅਸੀਂ ਖਾਰਜ ਕਰਦੇ ਹਾਂ, ਲੀਗਲ ਪ੍ਰੋਸੀਡਿੰਗ ਅਸੀਂ ਇੱਕ ਮਹੀਨੇ ਬਾਅਦ ਕਰਾਂਗੇ। ਠੀਕ ਹੈ ਜੀ।